ਦੇਸ਼ ਭਰ ਦੇ ਸਕੂਲਾਂ ਵਿੱਚ ਦਾਖਲਾ ਸੀਜ਼ਨ ਚੱਲ ਰਿਹਾ ਹੈ ਤੇ ਨਿੱਜੀ ਸਕੂਲਾਂ ਵੱਲੋਂ ਮਾਪਿਆਂ ਤੋਂ ਵੱਧ ਵਸੂਲੀ ਕਰਨ ਨੂੰ ਲੈ ਕੇ ਵਿਰੋਧ ਦਰਜ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਨਾਭਾ ਦੇ ਨਿੱਜੀ ਸਕੂਲਾਂ ਵੱਲੋਂ ਵੱਧ ਫੀਸਾਂ ਵਸੂਲਣ ਤੇ ਮਨਮਾਨੀ ਢੰਗ ਨਾਲ ਹਰ ਸਾਲ ਫੀਸਾਂ ਵਧਾਉਣ ਖਿਲਾਫ ਪੇਰੈਂਟਸ ਵੈਲਫੇਅਰ ਐਸੋਸੀਏਸ਼ਨ ਲਾਮਬੰਦ ਹੋ ਰਹੀ ਹੈ। ਐਸੋਸੀਏਸ਼ਨ ਵੱਲੋਂ ਸਥਾਨਕ ਰੀਪੂ ਦਮਨ ਕਾਲਜ ਗਰਾਊਂਡ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ। ਕੀਤੀ ਹੈ ਵੀ ਇਹ ਹਰੇਕ ਸਾਲ ਜਿਹੜੇ ਫੰਡ ਬਣਾਉਂਦੇ ਨੇ ਤੇ ਆਪਣੀਆਂ ਫੀਸਾਂ ਵਧਾਉਂਦੇ ਨੇ, ਇਸ ਦੇ ਵਿਰੋਧ ਵਿੱਚ ਅਸੀਂ ਨੇ ਇਕੱਠ ਕੀਤਾ। ਹੋਰ ਵੀ ਕਈ ਸਕੂਲ ਐਸੇ ਨੇ ਅਸੀਂ ਨਾਉਣ ਲੈਣਾ ਚਾਹੁੰਦੇ ਜਿਹੜੇ ਸਾਡੇ ਵਰਕਰ ਕੰਮ ਕਰ ਰਹੇ ਨੇ ਪੇਰੈਂਟਸ ਦੇ ਐਸੋਸੀਏਸ਼ਨ ਦੇ, ਉਹਨਾਂ ਨੂੰ ਧਮਕੀਆਂ ਵੀ ਦੇ ਰਹੇ ਨੇ। ਖਿਲਾਫ਼ ਨਹੀਂ ਹੈਗੀ, ਅਸੀਂ ਸਿਰਫ ਸਰਕਾਰ ਦੇ ਖਿਲਾਫ਼ ਬੋਲ ਰਹੇ ਹਾਂ ਕਿਉਂਕਿ ਸਰਕਾਰਾਂ ਹੀ ਰਲੀਆਂ ਹੋਈਆਂ ਨੇ, ਸਰਕਾਰ ਹੀ ਸ਼ਹਿ ਦੇ ਰਹੀਆਂ ਨੇ। ਜਿਹੜਾ ਐਕਟ ਬਣਾਇਆ ਗਿਆ ਜੀ ਫੀਸ ਰੈਗੂਲੇਟਰੀ ਐਕਟ, ਉਹ ਕਿਸੇ ਵੀ 1% ਵੀ ਲਾਗੂ ਨਹੀਂ ਕੀਤਾ ਸਰਕਾਰ ਨੇ। ਜੇ ਸਾਡੀਆਂ ਮੰਗਾਂ, ਅਸੀਂ ਡੈਡਲਾਈਨ ਦੇਵਾਂਗੇ ਸਰਕਾਰ ਨੂੰ ਅੱਜ ਦੀ ਮੀਟਿੰਗ ਤੋਂ ਬਾਅਦ, ਹਫ਼ਤੇ ਦਾ, 2 ਦਿਨ ਦਾ, 4 ਦਿਨ ਦਾ, ਕੋਈ ਬਹੁਤਾ ਲੰਮਾ ਸਮਾਂ ਨਹੀਂ ਦੇਵਾਂਗੇ। ਉਸ ਤੋਂ ਬਾਅਦ ਪੰਜਾਬ ਪੱਧਰ ਦੇ ਜਿੰਨੀਆਂ ਵੀ ਡਿਵੀਜ਼ਨਲ ਕਮਿਸ਼ਨਰ ਨੇ, ਕਮੇਟੀਆਂ ਨੇ, ਉਹਨਾਂ ਦਾ ਅਸੀਂ ਘਰਾਓ ਕਰਨਾ। ਉਹ ਵਿੱਚ CO ਹੋਣ ਭਾਵੇਂ DO ਹੋਣ, ਸਾਰਿਆਂ ਦਾ ਘਰਾਓ ਕਰਾਂਗੇ ਜੀ ਅਸੀਂ। ਅਮੀਰ ਲੋਕ ਨਹੀਂ, ਉਹ ਤਾਂ ਦੇ ਸਕਦੇ ਨੇ, ਜਿਹੜੇ ਗਰੀਬ ਹੈ ਉਹਨਾਂ ਲਈ ਤਾਂ ਬਹੁਤ ਹੀ ਬੁਰਾ ਹਾਲ ਹੈ। ਉਹ ਤਾਂ ਆਪਣੀ ਰੋਟੀ ਦਾ ਖਰਚਾ ਨਹੀਂ ਪੂਰਾ, ਇਸ ਬੱਚਿਆਂ ਨੂੰ ਪੜ੍ਹਾਉਣਾ ਤਾਂ ਕਿੱਥੇ ਰਹਿ ਗਿਆ, ਠੀਕ ਹੈ ਕਿ ਨਹੀਂ? ਇਸੇ ਤਰ੍ਹਾਂ ਹੀ ਹੁਣ ਅਸੀਂ ਕੀ ਕਹੀਏ ਵੀ ਬੱਚੇ ਗਰੀਬ ਕਿਉਂ, ਜਿਹੜੇ ਪੈਸੇ ਵਾਲੇ ਨੂੰ ਬਾਹਰ ਚਲੇ ਜਾਏ, ਗਰੀਬ ਇੱਥੇ ਧੱਕੇ ਖਾਏ ਜਾਂਦੇ। ਜੇ ਅਸੀਂ ਰਿਜ਼ਰਵੇਸ਼ਨ ਕਹਿੰਦੇ ਹਾਂ, ਇਹ ਗੱਲ ਕਹਿਣ ਨੂੰ ਹੈ ਵੀ ਜਿਹੜੇ ਗਰੀਬ ਬੱਚੇ ਨੇ ਇੱਥੇ ਨੌਕਰੀ ਲੈ ਜਾਂਦੇ ਨੇ, ਜਿਨ੍ਹਾਂ ਨੂੰ ਰਿਜ਼ਰਵੇਸ਼ਨ ਹੈ, ਜਿਹੜੇ ਟੈਲੈਂਟਡ ਹੁੰਦੇ ਨੇ ਉਹ ਬਾਹਰ ਬਾਹਰ ਜਾਈ ਜਾਂਦੇ ਨੇ, ਫਿਰ ਆਪੇ ਉਹ ਦੇਸ਼ ਵੀ ਅਮੀਰ ਹੋਣਗੇ, ਸਾਡਾ ਦੇਸ਼ ਤਾਂ ਗਰੀਬ ਦਾ ਗਰੀਬ ਹੀ ਰਹੇਗਾ, ਠੀਕ ਹੈ?